ਮੈਂ ਕੁਲਵਿੰਦਰ ਸਿੰਘ, ਵਸਨੀਕ ਤਲਵੰਡੀ ਸਾਬੋ, ਹਾਲ ਵਾਸੀ ਕੈਨੇਡਾ। ਇਹ ਵੀਡੀਓ ਦੇ ਜ਼ਰੀਏ ਮੈਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਇੱਕ ਗੁਜ਼ਾਰਿਸ਼ ਬੇਨਤੀ ਕਰਨਾ ਚਾਹੁੰਦਾ। ਵੈਸੇ ਤਾਂ ਮੈਂ ਆਪਣੇ ਲੈਵਲ ਦੇ ਉੱਤੇ ਬਹੁਤ ਈਮੇਲਾਂ, NRE ਵਿੰਗ ਨੂੰ ਕਾਲ, ਬਹੁਤ ਕੁਛ ਕਰ ਚੁੱਕਿਆ, ਪਰ ਮੇਰੀ ਅਜੇ ਤੱਕ ਕੋਈ ਕਿਤੇ ਸੁਣਵਾਈ ਨਹੀਂ ਹੋਈ। ਵੀਡੀਓ ਦਾ ਮਕਸਦ ਇਹ ਹੈ ਕਿ ਦੇਖੋ ਜੀ, ਮੇਰੇ ਮਾਤਾ ਪਿਤਾ ਇੰਡੀਆ ਦੇ ਵਿੱਚ ਰਹਿ ਰਹੇ ਆ ਅਤੇ ਸਾਡੇ ਉੱਥੇ ਲੋਕਲ ਨਸ਼ਾ ਵੇਚਣ ਵਾਲੇ ਇੱਕ ਪਰਿਵਾਰ ਵੱਲੋਂ ਉਹਨਾਂ ਨੂੰ ਇੰਨਾ ਕੁ ਕੁੱਟਿਆ ਮਾਰਿਆ ਗਿਆ, ਇਹ ਮਕਸਦ ਨਾਲ ਕਿ ਇਹਨਾਂ ਦੇ ਦੋ ਬੇਟੇ ਬਾਹਰ ਆ, ਅਸੀਂ ਇਹਨਾਂ ਨੂੰ ਇਹਨਾਂ ਤੋਂ ਪੈਸੇ ਲੈ ਲਾਂਗੇ। ਉਹਨਾਂ ਨੂੰ ਰੋਜ਼ ਧਮਕਾਇਆ ਜਾਂਦਾ ਵੀ ਤੁਹਾਡੇ ਮੁੰਡਿਆਂ ਨੂੰ ਆਉਣ ਦੇ, ਜਾਂ ਸਾਨੂੰ ਕਾਲ ਕਰਕੇ ਕਹੀ ਜਾਂਦੀ ਆ। ਤਾਂ ਹੁਣ ਮੇਰੇ ਫਾਦਰ ਸਾਹਿਬ ਨੂੰ ਇੰਨਾ ਕੁ ਮਾਰਿਆ ਗਿਆ ਕਿ ਉਹ ਆਲਮੋਸਟ ਡੈਡ ਸੀ ਇਮੀਡੀਏਟਲੀ ਜੇ ਉਹਨਾਂ ਨੂੰ ਫਸਟ ਏਡ ਜਾਂ ਹੋਸਪਿਟਲ ਦੇ ਵਿੱਚ ਐਡਮਿਟ ਨਾ ਕਰਾਇਆ ਜਾਂਦਾ। ਅਤੇ ਹੁਣ ਮੇਰਾ ਵੀਡੀਓ ਬਣਾਉਣ ਦਾ ਇਹ ਮਕਸਦ ਆ ਕਿ ਕਮ ਸੇ ਕਮ ਸਾਡੀ FIR ਤਾਂ ਰਜਿਸਟਰ ਹੋ ਜੇ। ਹਜੇ ਤੱਕ ਸਟਿਲ ਵੀ ਆਰ ਵੇਟਿੰਗ ਟੂ ਰਜਿਸਟਰ FIR, ਅਤੇ ਸਾਡੀ ਕਿਤੇ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਤਾਂ ਮੇਰੇ ਵੀਡੀਓ ਦਾ ਮਕਸਦ ਇਹੀ ਆ ਕਿ ਪੰਜਾਬ ਪੁਲਿਸ ਦੇ ਵਿੱਚ ਕੋਈ ਚੰਗਾ ਇਨਸਾਨ, ਕੋਈ ਭਲਾ ਇਨਸਾਨ, ਜਾਂ ਇਹ ਮੇਰੀ ਵੀਡੀਓ ਸ਼ਾਇਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਪਹੁੰਚੇ, ਜਿਹੜੇ ਕਹਿੰਦੇ ਸੀ ਵੀ ਅਸੀਂ ਜਿਹੜਾ ਨੌਜਵਾਨ ਬਾਹਰ ਗਿਆ ਉਹਨੂੰ ਵਾਪਸ ਲੈ ਕੇ ਆਵਾਂਗੇ। ਅਸੀਂ ਕਿਹੜੇ ਕਿਹੜੇ ਮੂੰਹ ਨਾਲ ਵਾਪਸ ਆਵਾਂਗੇ ਜੀ? ਕਿੰਨੀ ਕੁ ਸੇਫਟੀ ਆ ਸਾਡੀ ਇੱਥੇ? ਸਾਡੇ ਮੰਮੀ ਡੈਡੀ ਜਾਂ ਸਾਡੇ ਪੇਰੈਂਟਸ ਇੱਥੇ ਸੇਫ ਨਹੀਂ ਹੈਗੇ। ਉਹਨਾਂ ਨੂੰ ਘਰੇ ਘਰ ਤੱਕ ਪਹੁੰਚ ਕੇ ਮਾਰਿਆ ਜਾਂਦਾ, ਧਮਕੀਆਂ ਦਿੱਤੀਆਂ ਜਾਂਦੀਆਂ ਵੀ ਬਾਹਰ ਨਿਕਲੋ ਤੁਹਾਨੂੰ ਮਾਰਾਂਗੇ। ਰੀਜ਼ਨ ਕਿ ਕੋਈ ਜੇ ਕੋਈ ਆਵਾਜ਼ ਉਠਾਉਂਦਾ ਵੀ ਤੁਸੀਂ ਗਲਤ ਕੰਮ ਕਰ ਰਹੇ ਹੋ ਜਾਂ ਨਸ਼ਾ ਵੇਚ ਰਹੇ ਹੋ, ਤਾਂ ਉਹਨੂੰ ਸਰਕਾਰੀ ਸ਼ਹਿਰ ਦੇ ਉੱਤੇ ਉਹਨਾਂ ਦੀ ਇੰਨੀ ਕੁ ਪਹੁੰਚ ਆ ਕਿ ਦੂਜੇ ਬੰਦੇ ਦੀ ਜਿਹੜਾ ਵਿਕਟਮ ਆ ਹਨਾ, ਉਹਦੀ ਸੁਣਵਾਈ ਵੀ ਨਹੀਂ ਹੁੰਦੀ, ਕੋਈ FIR ਤੱਕ ਨਹੀਂ ਰਜਿਸਟਰ ਹੋਈ ਸਾਡੀ। ਪਿਛਲੇ 2 ਸਾਲਾਂ ਤੋਂ ਕੈਨੇਡਾ 'ਚ ਰਹਿ ਰਿਹਾ। ਮੇਰਾ ਵੱਡਾ ਭਰਾ ਕੁਲਵਿੰਦਰ ਸਿੰਘ ਉਹ ਵੀ ਕੈਨੇਡਾ 'ਚ ਹੀ ਰਹਿੰਦਾ ਅਤੇ ਮੇਰੇ ਮਾਤਾ ਪਿਤਾ ਪੰਜਾਬ ਇਕੱਲੇ ਆ। ਉਹ ਬਠਿੰਡਾ ਰੋਡ ਤਲਵੰਡੀ ਸਾਬੋ ਗਲੀ ਨੰਬਰ 14 'ਚ ਰਹਿੰਦੇ ਆ। ਹੁਣ ਮੇਨ ਗੱਲ ਇਹ ਹੈ, ਮੁੱਦਾ ਇਹ ਹੈ ਕਿ ਮੇਰੇ ਮਾਂ ਪਿਓ ਦੀ ਜਾਨ ਨੂੰ ਖਤਰਾ ਹੈ। ਮੇਰੇ ਮਾਂ ਪਿਓ ਦੀ ਜਾਨ ਨੂੰ ਖਤਰਾ ਸਾਡੇ ਗਵਾਂਢੀ ਦਵਿੰਦਰ ਸਿੰਘ ਅਤੇ ਗੋਸ਼ਾ ਸਿੰਘ ਉਹਦਾ ਪੁੱਤਰ ਆ ਜੋ ਕਿ ਨਸ਼ੇੜੀ ਹੈ। ਪਿਛਲੇ 5-6 ਦਿਨ ਪਹਿਲਾਂ ਮੇਰੇ ਫਾਦਰ ਸਾਹਿਬ 'ਤੇ ਉਹਨਾਂ ਵੱਲੋਂ ਹਮਲਾ ਕੀਤਾ ਗਿਆ, ਪਿੱਛੇ ਸਿਰ 'ਚ ਡਾਂਗ ਮਾਰੀ, ਪਸਲੀਆਂ ਤੋੜ ਦਿੱਤੀਆਂ ਗਈਆਂ। ਮੇਰੇ ਫਾਦਰ ਸਾਹਿਬ ਹੋਸਪਿਟਲ 'ਚ ਐਡਮਿਟ ਹੈ, ਉਹਨਾਂ ਦੇ ਕਦੇ ਬਲੱਡ ਆਉਣ ਲੱਗ ਜਾਂਦਾ। ਪੁਲਿਸ ਵੱਲੋਂ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਪੁਲਿਸ ਨੇ ਮੇਰੇ ਮਦਰ ਹੁਣ ਇਕੱਲੇ ਆ, ਉਹ ਕਦੇ ਕਿੱਧਰ ਜਾਂਦੇ ਆ ਕਦੇ ਕਿੱਧਰ ਜਾਂਦੇ ਆ, ਬਟ ਕੋਈ ਗੱਲ ਨਹੀਂ ਸੁਣ ਰਿਹਾ, ਨਾ ਪੰਜਾਬ ਪੁਲਿਸ ਕੋਈ ਘਰ ਗੱਲ ਕਰ ਰਹੀ ਆ। ਪੰਜਾਬ ਸਰਕਾਰ ਪਹਿਲਾਂ ਤਾਂ ਬਹੁਤ ਵੱਡੇ ਵੱਡੇ ਵਾਅਦੇ ਕਰਦੀ ਸੀ, ਅਸੀਂ ਆਹ ਕਰਾਂਗੇ ਆਹ ਕਰਾਂਗੇ। NRI, ਮੈਂ NRI ਕੰਪਲੇਂਟ ਕੀਤੀ ਆ, ਮੇਰੇ ਬ੍ਰਦਰ ਨੇ ਵੀ NRI ਕੰਪਲੇਂਟ ਮੇਲ ਕੀਤੀ ਆ, ਕੰਪਲੇਂਟ ਕੀਤੀ ਆ ਅਸੀਂ ਸਾਡੇ ਵੱਲੋਂ। ਹਾਲੇ ਤੱਕ 5 ਦਿਨ ਹੋ ਗਏ, ਕੋਈ ਮੇਲ ਦਾ ਜਵਾਬ ਨਹੀਂ ਆਇਆ, ਕੁਛ ਨਹੀਂ ਹੋਇਆ। ਵਟਸਐਪ ਦੇ ਨੰਬਰ ਦੇ ਰੱਖੇ ਆ ਪੰਜਾਬ ਸਰਕਾਰ ਨੇ NRI ਕੰਪਲੇਂਟ ਦੇ, ਕਾਲ ਕਰਦੇ ਹਾਂ ਕੋਈ ਫੋਨ ਨਹੀਂ ਚੱਕ ਰਿਹਾ, ਕੁਛ ਨਹੀਂ ਹੋ ਰਿਹਾ, ਪੁਲਿਸ ਵੱਲੋਂ ਕੁਛ ਨਹੀਂ ਕੀਤਾ ਜਾ ਰਿਹਾ। ਮੇਰੇ ਮਾਤਾ ਪਿਤਾ ਦੀ ਜਾਨ ਨੂੰ ਖਤਰਾ, ਜੋ ਉਹਨਾਂ ਨੂੰ ਕੁਛ ਵੀ ਹੋ ਜਾਂਦਾ ਤਾਂ ਉਹਦਾ ਜ਼ਿੰਮੇਵਾਰ ਸਾਡਾ ਗਵਾਂਢੀ ਗੋਸ਼ਾ ਅਤੇ ਦਵਿੰਦਰ ਸਿੰਘ ਅਤੇ ਪੰਜਾਬ ਸਰਕਾਰ ਵੀ ਹੋਊਗੀ। ਪੰਜਾਬ ਸਰਕਾਰ ਜੋ ਵਾਅਦੇ ਕਰਦੀ ਆ ਉਹਨਾਂ 'ਤੇ ਖਰੀ ਨਹੀਂ ਉਤਰਦੀ, ਇਹ ਆਪਾਂ ਹਮੇਸ਼ਾ ਹੀ ਦੇਖਦੇ ਆ ਰਹੇ ਹਾਂ। ਬਟ ਹੁਣ ਮੇਰੇ ਮਾਂ ਪਿਓ ਬਜ਼ੁਰਗ ਨੇ, ਮੇਰੇ ਫਾਦਰ ਸਾਹਿਬ 60 ਸਾਲ ਤੋਂ ਉੱਪਰ ਨੇ, ਮੇਰੀ ਮਦਰ 55 ਸਾਲ ਦੀ ਉਮਰ ਦੇ ਨੇ, ਉਹਨਾਂ ਨੂੰ ਜ਼ਿੰਦਗੀ ਨਹੀਂ ਜਿਉਣ ਦਿੱਤੀ ਜਾ ਰਹੀ, ਇਹਦਾ ਜ਼ਿੰਮੇਵਾਰ ਕੌਣ ਹੈ? ਪੁਲਿਸ ਨੂੰ ਬੇਨਤੀ ਹੈ ਕਿ ਕਾਰਵਾਈ ਕੀਤੀ ਜਾਵੇ। ਉਹਨਾਂ ਉਹ ਸ਼ਰੇਆਮ ਘੁੰਮ ਰਹੇ ਆ, ਕਦੇ ਉੱਧਰ ਜਾਂਦੇ ਆ ਉੱਧਰ ਜਾਂਦੇ ਆ, ਅਤੇ ਉਹ ਮੇਰਾ ਫਾਦਰ ਹੋਸਪਿਟਲ 'ਚ ਐਡਮਿਟ ਹੈ, ਅਤੇ ਉਹਨਾਂ ਦੀ 2 ਦਿਨਾਂ ਨੂੰ ਜਾਨ ਨੂੰ ਕਿਉਂ ਨਹੀਂ ਖਤਰਾ ਹੋਊਗਾ? ਜੋ ਐਡਾ ਵੱਡਾ ਕਾਂਡ ਕਰਕੇ ਆਰਾਮ ਨਾਲ ਘੁੰਮ ਰਹੇ ਆ, ਤਾਂ ਉਹਨਾਂ ਦੀ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ? ਪੰਜਾਬ ਪੁਲਿਸ ਨੂੰ ਮੇਰੀ ਬੇਨਤੀ ਹੈ, ਪੰਜਾਬ ਸਰਕਾਰ ਨੂੰ ਬੇਨਤੀ ਹੈ
ਕਿਹਾ ਤੁਹਾਡੇ ਮੂਹਰੇ ਹੱਥ ਬੰਨਦੇ ਹਾਂ, ਸਾਡੀ ਸੁਣ ਲਓ, ਨਾ ਸਾਨੂੰ ਮਜਬੂਰ ਕਰੋ, ਸੁਣ ਲਓ ਸਾਡੀ। ਸਤਿ ਸ਼੍ਰੀ ਅਕਾਲ ਜੀ। ਕੋਈ ਮਸਲਾ ਨੀ ਜੀ ਸਾਡਾ ਸੀਗਾ, ਕੋਈ ਸਾਡੀ ਲੜਾਈ ਪੜਾਈ ਨੀ ਸੀ, ਗੰਦੇ ਪਾਣੀ ਦਾ ਸੀ 2-3 ਮਹੀਨਿਆਂ ਤੋਂ ਲੈ ਕੇ, ਉਹ ਸਾਡਾ ਪਹਿਲਾਂ ਸਾਰਾ ਕੁਛ ਰਾਜੀ ਬੰਦਾ ਥਾਣੇ ਦੇ ਵਿੱਚ ਹੋਇਆ। ਤਲਵੰਡੀ ਸਾਬੋ ਦੇ ਵਿੱਚ NRI ਦੇ ਮਾਤਾ ਪਿਤਾ ਰਹਿੰਦੇ ਆ ਜੀ, ਉਹ ਦੋਸ਼ ਲਾਉਂਦੇ ਵੀ ਅਸੀਂ ਤਾਂ ਕੈਨੇਡਾ ਬੈਠੇ ਹਾਂ ਦੋਨੋਂ ਜੀ, ਪਰ ਸਾਡੇ ਮਾਤਾ ਪਿਤਾ ਨੂੰ ਉਹਨਾਂ ਦੇ ਗੁਆਂਢ ਦੇ ਵਿੱਚ ਤਲਵੰਡੀ ਸਾਬੋ ਦੇ ਬਠਿੰਡਾ ਰੋਡ ਤੇ ਵੀ ਸਾਡੇ ਮਾਤਾ ਪਿਤਾ ਨੂੰ ਤੰਗ ਕਰਦਾ ਇੱਕ ਨਸ਼ੇੜੀ ਉਹਨਾਂ ਦੇ ਗੁਆਂਢ ਦੀ, ਕੀ ਕਾਰਵਾਈ ਕੀ, ਪਿਛਲੇ ਦਿਨ ਸੱਟਾਂ ਵੱਜੀਆਂ ਸੀ, ਕੀ ਕਾਰਵਾਈ, ਕੀ ਰਿਪੋਰਟ ਹੈ ਸਰ ਤੁਹਾਡੇ ਕੋਲ? ਇਹਦੇ ਵਿੱਚ ਮਿਤੀ 19/5/24 ਨੂੰ ਗੁਰਦੀਪ ਸਿੰਘ ਸਨ ਆਫ ਹਰਨਾਮ ਸਿੰਘ ਵਾਸੀ ਤਲਵੰਡੀ ਨੇ ASI ਰਣਧੀਰ ਸਿੰਘ ਪਾਸ ਆਪਣੇ ਬਿਆਨ ਲਿਖਾਏ, ਜਿਹਦੇ ਵਿੱਚ ਉਹਨੇ ਆਪਣੇ ਬਿਆਨਾਂ ਦੇ ਵਿੱਚ ਦੱਸਿਆ ਵੀ ਗੋਸ਼ਾ ਸਿੰਘ ਸਨ ਆਫ ਦਵਿੰਦਰ ਸਿੰਘ ਸਰਾਂ ਵਾਸੀ ਤਲਵੰਡੀ ਅਤੇ ਦਵਿੰਦਰ ਸਿੰਘ ਸਰਾਂ ਸਨ ਆਫ ਮਕਾਨ ਸਿੰਘ ਵਾਸੀ ਤਲਵੰਡੀ ਨੇ ਹਮਸ਼ਵਰਾ ਹੋ ਕੇ ਉਹਦੇ ਜਿਹੜੀਆਂ ਹੈਗੀਆਂ ਜਿੰਦਲ ਡਾਕਟਰ ਵਾਲੀ ਗਲੀ ਦੇ ਵਿੱਚ ਜਿਹੜੀਆਂ ਹੈਗੀਆਂ ਸੱਟਾਂ ਮਾਰੀਆਂ, ਅਤੇ ਇਹਦੇ ਕੁੱਲ ਜਿਹੜੀਆਂ 5 ਸੱਟਾਂ ਜਿਹੜੀਆਂ ਹੈਗੀਆਂ ਰਗੜੀਆਂ ਪਾਈਆਂ ਗਈਆਂ, ਜੋ ਕਿ 5 ਜਿਹੜੀਆਂ ਬਲੰਟ ਹੈ। ਹਾਲ ਦੀ ਕੜੀ ਜਿਹੜੀ ਇਹਦੀ 323 IPC ਦੀ ਜਿਹੜੀ ਹੈਗੀ ਹੈ ਇਹਦੀ ਰਫਟ ਲਿਖੀ ਹੈਗੀ ਹੈ। ਇਹਦੇ 'ਚ ਜਿਹੜੀਆਂ 3 ਸੱਟਾਂ ਜਿਹੜੀਆਂ ਹੈਗੀਆਂ ਅੰਡਰ ਆਬਜ਼ਰਵੇਸ਼ਨ ਰੱਖੀਆਂ ਡਾਕਟਰ ਸਾਹਿਬ ਨੇ, ਅਤੇ ਛੇਤੀ ਹੀ ਇਹਦੀ ਜਿਹੜੀ ਲੈ ਕੇ ਓਪੀਨੀਅਨ ਜਿਹੜੀ ਇਹਨਾਂ 'ਤੇ ਜਿਹੜੀ ਹੈਗੀ ਹੈ ਬੰਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਹੈ। ਸਰ ਇਹਦੇ ਮੁੰਡੇ 2 ਕੈਨੇਡਾ 'ਚ, ਉਹ ਦੋਸ਼ ਲਾਉਂਦੇ ਆ ਵੀ ਅਸੀਂ ਇਹਨੂੰ ਪੈਸੇ ਭੇਜ ਦਿੰਦੇ ਹਾਂ ਅਤੇ ਉਹ ਪੈਸੇ ਨਸ਼ੇੜੀ ਹੈ, ਉਹ ਲੈਂਦਾ ਅਤੇ ਅੱਜ ਵੀ ਇਹਨਾਂ ਦੇ ਪਿੱਛਾ ਕਰਿਆ, ਤੁਸੀਂ ਇਹਦੇ 'ਤੇ ਕੀ ਕਾਰਵਾਈ ਕਰ ਰਹੇ ਹੋ? ਨਹੀਂ, ਇਹਦੇ ਬਾਰੇ ਸਾਡੇ ਕੋਲ ਦੇਖੋ ਕੋਈ ਕੰਪਲੇਂਟ ਨਹੀਂ ਆਈ, ਨਾ ਹੀ ਗੁਰਦੀਪ ਸਿੰਘ ਨੇ ਆਪਣੇ ਮੁੱਢਲੇ ਬਿਆਨਾਂ ਦੇ ਵਿੱਚ ਕੋਈ ਇਹੋ ਜਿਹੀ ਗੱਲ ਦੱਸੀ ਹੈ। ਇਹਨਾਂ ਦਾ ਬੇਸਿਕਲੀ ਕੋਈ ਗਟਰ ਵਗੈਰਾ ਨੂੰ ਲੈ ਕੇ ਉੱਥੇ ਜਿਹੜਾ ਹੈਗਾ ਜਿਹੜੇ ਡੱਗ ਵਗੈਰਾ ਪੱਟੇ ਹੋਏ ਹੈਗੇ ਆ ਉਹਨਾਂ ਨੂੰ ਲੈ ਕੇ ਅਤੇ ਗੰਦੇ ਪਾਣੀ ਨੂੰ ਲੈ ਕੇ ਕੋਈ ਆਪਸ ਇਸ਼ੂ ਚੱਲਦਾ ਹੈਗਾ। ਇਹਦਾ ਪਹਿਲਾਂ ਜਿਹੜਾ ਰਾਜੀਨਾਮਾ ਕਰਾਤਾ ਸੀਗਾ, ਪਰ ਉਸ ਤੋਂ ਬਾਅਦ ਇਹਨਾਂ ਦਾ ਫਿਰ ਜਿਹੜਾ 19/5/24 ਨੂੰ ਜਿਹੜਾ ਆਪਸ ਦੇ ਵਿੱਚ ਝਗੜਾ ਹੋ ਗਿਆ। ਹਾਂ, ਗ੍ਰਿਫਤਾਰੀ ਇਹਦੀ ਜਿਹੜੀ ਹੈਗੀ ਆ ਰੇਡਾਂ ਕੀਤੀਆਂ ਜਾ ਰਹੀਆਂ ਗੋਸ਼ਾ ਸਿੰਘ 'ਤੇ, ਅਤੇ ਉਹ ਜਿਹੜੀ ਹੈਗੀ ਆ ਉਹਨੂੰ ਅਰੈਸਟ ਕਰਕੇ ਉਹਦੀ ਜੋ ਲੀਗਲ 157 ਅਧੀਨ ਜਾਂ ਜੋ ਵੀ ਕਾਰਵਾਈ ਹੈਗੀ ਆ ਬਣਦੀ FIR ਲੌਜ ਹੋਊਗੀ ਜਾਂ ਉਸ ਹਿਸਾਬ ਨਾਲ ਜਿਹੜੀ ਹੈਗੀ ਉਹ 'ਤੇ ਕਾਰਵਾਈ ਕੀਤੀ। ਗੁਰਮੇਲ ਕੌਰ ਜੀ, ਤਲਵੰਡੀ ਸਾਬੋ 14 ਨੰਬਰ ਗਲੀ 'ਚ ਬਠਿੰਡਾ ਰੋਡ, ਬਠਿੰਡਾ ਰੋਡ ਜੀ। ਮਸਲਾ ਤਾਂ ਜੀ ਮੇਰੇ 2 ਪੁੱਤ ਆ, 2 ਬੇਟੇ ਆ ਮੇਰੇ, ਦੋਨੇ ਕੈਨੇਡਾ ਗਏ, ਦੋਨੇ ਨੋਹਾਂ ਕੈਨੇਡਾ, ਪੋਤਾ ਕੈਨੇਡਾ, ਅਸੀਂ ਬਜ਼ੁਰਗ ਆਪਦੇ ਘਰੇ ਰਹਿ ਰਹੇ ਹਾਂ, ਅਸੀਂ ਹਜੇ ਇੰਡੀਆ ਹੀ ਰਹਿ ਰਹੇ ਹਾਂ। ਉਹਨਾਂ ਦਾ ਮਸਲਾ ਪਹਿਲਾਂ ਸਾਨੂੰ ਕੀ ਕਹਿੰਦੇ ਆ ਰੋਜ਼, ਤੁਹਾਨੂੰ ਅਸੀਂ ਕੋਈ ਨਹੀਂ ਚੜ੍ਹਾਵਾਂਗੇ, ਤੁਹਾਨੂੰ ਕੈਨੇਡਾ ਦਾ ਜਹਾਜ਼ ਚੜ੍ਹਾਵਾਂਗੇ, ਤੁਹਾਨੂੰ ਕੈਨੇਡਾ ਦਾ ਜਹਾਜ਼, ਸਾਨੂੰ ਧਮਕੀਆਂ ਦੇ ਰਹੇ ਸੀ। ਹੁਣ ਮੇਰੇ ਘਰ ਵਾਲੇ ਨੂੰ ਬਾਜ਼ਾਰ ਦੇ ਵਿੱਚ ਡੈਰੀਆਂ ਵਾਲੀ ਗਲੀ ਦੇ ਵਿੱਚ 12,000 ਰੁਪਇਆ ਖੋਹ ਕੇ, ਨਸ਼ੇੜੀ ਮੁੰਡਾ ਉਹਨਾਂ ਦਾ ਗੋਸਾ, ਤੇ ਉਹਦੇ ਨਾਲ ਉਹਦਾ ਪਿਓ ਵੀ ਨਾਲ ਲੱਗ ਕੇ, ਤੇ ਦੋਨਾਂ ਨੇ ਪਹਿਲਾਂ ਸਿਰ 'ਚ ਡਾਂਗ ਦਵਿੰਦਰ ਸਿੰਘ ਨੇ ਮਾਰੀ ਹੈ ਜੀ, ਕਹਿੰਦੇ ਉਦੋਂ ਇਹਨਾਂ ਨੂੰ ਸੁਰਤ ਆ ਗਈ, ਤੇ ਫਿਰ ਵੱਖਾਂ ਪੱਸਲੀਆਂ ਟੁੱਟੀਆਂ ਜੀ। ਉਹ ਗੋਸੇ ਸਿੰਘ ਨੇ ਬਟੂਆ ਕੱਢ ਕੇ ਖੋਹ ਕੇ ਕੁੱਟਮਾਰ ਕਰਕੇ, ਤੇ ਸਾਨੂੰ ਕੋਈ ਪਤਾ ਨਾ, ਤੇ ਕਿਸੇ ਨੇ ਚੱਕ ਕੇ ਇਹ ਹਸਪਤਾਲ 'ਚ ਦਾਖਲ ਕਰਤਾ। ਜਦੋਂ ਸਾਡੇ 2 ਬੰਦੇ ਲੈਣ ਗਏ ਆ, ਸਾਡੀ ਗਲੀ ਦੇ ਵਿੱਚ ਰੌਲਾ ਪਿਆ ਵੀ ਗੁਰੂ ਸਰ ਵਾਲਿਆਂ ਨੇ, ਦਵਿੰਦਰ ਸਿੰਘ ਨੇ ਤੇ ਗੋਸੇ ਨੇ, ਕਮਾਲੂ ਵਾਲੇ ਗੁਰਦੀਪ ਦੇ, ਅਸੀਂ ਕਮਾਲੂ ਤੋਂ ਰਹਿ ਰਹੇ ਹਾਂ ਜੀ 20 ਸਾਲ ਤੋਂ ਲੈ ਕੇ, ਵੀ ਸੱਟਾਂ ਮਾਰੀਆਂ। ਜਦੋਂ ਨੂੰ ਅਸੀਂ ਇੱਥੇ ਹਸਪਤਾਲ 'ਚ ਆਏ, ਹਸਪਤਾਲ 'ਚ ਟੈਂਕੇ ਲੱਗੇ, ਦਾਖਲ ਰਹੇ ਅਸੀਂ 2-3 ਦਿਨ ਰਹੇ, ਅੱਜ ਦਿਨੇ 2:30 ਵਜੇ ਇਹਦੇ ਜੀ ਬਲੱਡ ਆਉਣ ਲੱਗ ਗਿਆ ਮੂੰਹ 'ਚੋਂ। ਮੈਂ ਸਰਕਾਰੀ ਹਸਪਤਾਲ ਦੇ ਵਿੱਚ ਫੇਰ ਆਈ ਹਾਂ ਹੁਣ ਵੀ ਦਵਾਈ ਬੂਟੀ ਦਿਓ, ਪਰ ਪੁਲਿਸ ਨੇ ਹਜੇ ਤੀਕਰ 6 ਦਿਨ ਹੋ ਗਏ, ਕੋਈ ਬੰਦਾ ਫੜਿਆ ਨਹੀਂ, ਕੋਈ ਕਾਰਵਾਈ ਨਹੀਂ ਕਰੀ। ਮੈਂ ਉੱਧਰ ਵਗ ਜਾਂਦੀ ਹਾਂ, ਉੱਧਰ ਵਗ ਜਾਂਦੀ ਹਾਂ, ਮੇਰਾ ਕੋਈ ਕੋਈ ਗੱਲ ਨਹੀਂ ਸੁਣੀ ਜਾਂਦੀ। ਮੇਰੇ ਵਿਦੇਸ਼ੀ ਪੁੱਤ ਆ ਗਏ,
ਤੇ ਮੇਰੀ ਗੱਲ ਸੁਣੀ ਜਾਵੇ ਜੀ। ਮੰਗ ਕੀ ਹੈ? ਸਾਡੀ ਮੰਗ ਕੀ ਹੋਣੀ ਸੀ? ਸਾਡੇ ਪੈਸੇ ਪੈਸਿਆਂ ਦਾ ਧੋਖਾ ਦਿੰਦਾ ਗੋਸਾ, ਲੱਖਾਂ ਦੇ ਲੱਖ ਇਸ ਨੂੰ ਡਾਂਗ ਮਾਰ ਕੇ ਕਹਿੰਦਾ, ਕਹਿੰਦਾ ਅੱਜ ਤਾਂ ਤੇਰੇ ਕੋਲ ਇੰਨੇ ਸੀਗੇ, ਕਹਿੰਦਾ ਜਿੱਦਾਂ ਤੈਨੂੰ ਚੱਕ ਕੇ ਅਸੀਂ ਕਹਿੰਦਾ ਅੰਦਰ ਕਰਜ਼ਾ ਤੇਰੇ ਪੁੱਤਾਂ ਤੋਂ, ਕਹਿੰਦਾ ਲੱਖਾਂ ਦੇ ਲੱਖ ਲਵਾਂਗੇ। ਹੁਣ ਵਿਦੇਸ਼ੀ ਪੁੱਤ ਲੱਖਾਂ ਦੇ ਲੱਖ ਉਹਨੂੰ ਕਿੱਥੋਂ ਦੇਣਗੇ? ਹਸਪਤਾਲ ਚ ਲਿਖਾ ਕੇ ਲਿਆਓ, ਹਸਪਤਾਲ ਵਾਲਿਆਂ ਕੋਲੇ ਆਈ, ਉਹ ਕਹਿੰਦੇ ਅਸੀਂ ਤਾਂ ਸਭ ਕੁਛ ਕਰ ਲਿੱਤਾ ਉੱਥੇ, ਕਹਿੰਦੇ ਵੀ ਹੁਣ ਮੈਂ ਅੱਜ ਲੈ ਕੇ ਆਈ ਆ, ਉਹ ਕਹਿੰਦੇ ਤੁਸੀਂ ਤਾਂ ਇੱਥੇ ਦਾਖਲ ਹੀ ਹੈ ਨੀ। ਮੈਂ ਕਿਹਾ ਵੀ ਕੁਛ ਨਾ ਕੁਛ ਤਾਂ ਕਰੋ, ਹੁਣ ਇਹਦੇ ਮੂੰਹ ਚੋਂ ਬਲੱਡ ਆ, ਜੇ ਮੈਂ ਕਿੱਥੇ ਲੈ ਕੇ ਜਾਵਾਂ? ਮੇਰੇ ਵਿਦੇਸ਼ੀ ਪੁੱਤ ਆ, ਮੇਰੇ ਪੁੱਤ ਵੀ ਬਾਹਰ ਨੂੰ, ਹਾਂ ਪੋਤੇ ਕੋਈ ਨੀ, ਸਾਨੂੰ ਪਰੇਸ਼ਾਨ ਕਰਿਆ ਜਾਂਦਾ ਲੁੱਟਾ ਖੋਹੀ ਕਰਨ ਦੇ ਕਾਰਨ, ਉਹ ਸਤ ਪੈਸੇ ਥੋੜੇ ਨਿਕਲੇ ਤੇ ਹੁਣ ਦੱਸ ਸੀ ਜੀ ਕੀ ਕਰਾਂ ਮੈਂ, ਮੈਂ ਕਿੱਧਰ ਨੂੰ ਜਾਵਾਂ? ਡਰ ਤਾਂ ਜੀ ਪੂਰਾ ਹੀ ਆ ਸਾਨੂੰ ਤਾਂ, ਸਾਨੂੰ ਤਾਂ ਡਰ ਆ। ਤੇ ਪਰਸੋਂ ਕੱਲ 2 ਵਜੇ ਦਿਨੇ ਵਰਕ ਸਾਹਿਬ ਵਾਲੇ ਜਾ ਕੇ ਮੈਨੂੰ ਕਹਿੰਦੇ ਵੀ ਅੱਜ ਵੀ ਗੜਾਸਾ ਲੈ ਕੇ ਸੜਕ ਵਿੱਚ ਦੀ ਆਏ ਲੰਘ ਜਾਂਦਾ ਮੋਟਰਸਾਈਕਲ ਤੇ ਆਏ। ਅਸੀਂ ਪੁਲਿਸ ਨੂੰ ਫੋਨ ਕਰਿਆ ਜੀ, ਪੁਲਿਸ ਕਹਿੰਦੇ ਵੀ ਉਹਨਾਂ ਦੇ ਵਾਰ ਦੇ ਵਿੱਚ ਸਰ ਪੁਲਿਸ ਆਉਂਦੀ ਆ, ਮੇਰੇ ਕੈਮਰੇ ਲੱਗੇ ਪਏ, ਮੈਂ ਅੰਦਰ ਬੈਠੀ ਕੈਮਰੇ ਵਿੱਚ ਦੀ ਦੇਖੀ ਗਈ, ਕੋਈ ਪੁਲਿਸ ਨੀ ਗਈ ਉਹਦੇ ਬਾਰ ਚ। ਕਹਿੰਦੇ ਉਹੀ ਕਹਿੰਦੇ ਉਹਨਾਂ ਦੇ ਜਿੰਦੇ ਲੱਗੇ ਪਏ ਆ, ਅਸੀਂ ਇੱਕ ਰਾਉਂਡ ਮਾਰ ਕੇ ਗਏ ਆ, ਅਸੀਂ ਸਾਰੇ ਕੈਮਰੇ ਚੈੱਕ ਕਰ ਲਏ, ਕੋਈ ਸਾਡੇ ਪੁਲਿਸ ਵਾਲਾ ਬੰਦਾ ਗਲੀ ਦੇ ਵਿੱਚ ਉਹਨਾਂ ਦੇ ਵਾਰ ਚ ਨਹੀਂ ਗਿਆ। ਕੀ ਕਰਦੇ ਹੋ ਪ੍ਰਸ਼ਾਸਨ ਤੋਂ? ਅਸੀਂ ਤਾਂ ਕਹਿੰਦੇ ਆ ਵੀ ਸਾਨੂੰ ਆਪ ਸਾਡੇ ਨਾਲ ਸੱਟਾਂ ਵੱਜੀਆਂ ਦਾ, ਉਹਨਾਂ ਨੂੰ ਉੱਥੇ ਪੁਲਿਸ ਦੇ ਵਿੱਚ ਫੜੇ ਵੀ ਨਹੀਂ ਗਏ ਉਹ ਹਜੇ ਤੀਕਰ, ਵੀ ਉਹਨਾਂ ਤੇ ਸਾਡੇ ਤੇ ਬਣਦੀ, ਸਾਡੀ ਜਿਹੜਾ ਕਾਨੂੰਨ ਬਣਦਾ ਗਾ ਸਾਡਾ ਉਹ ਕਾਨੂੰਨ ਬਣੇ।